ਕੋਟਕਪੁਰਾ ਗੋਲੀਕਾਂਡ ਦੇ ਵਿਚ ਸਿੱਟ ਦੇ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ ਸਿੱਟ ਦੇ ਵੱਲੋਂ IG ਪਰਮਰਾਜ ਸਿੰਘ ਉਮਰਾ ਨੰਗਲ ਦੀ ਚੰਡੀਗੜ੍ਹ ਦੇ ਵਿਚੋਂ ਗ੍ਰਿਫਤਾਰੀ ਹੋਈ ਸੀ, ਜਿਸ ਤੋਂ ਬਾਅਦ ਸਿੱਟ ਦੇ ਵੱਲੋਂ ਪੁਲਿਸ ਰਿਮਾਂਡ ਦੇ ਉੱਤੇ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ। ਸਿੱਟ ਨੇ ਦਾਅਵਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕੋਟਕਪੁਰਾ ਦੇ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ਦੇ ਉੱਤੇ ਜੋ ਪੁਲਿਸ ਕਾਰਵਾਈ ਹੋਈ ਸੀ, ਉਸ ਦੀ ਅਗਵਾਈ IG ਪਰਮਰਾਜ ਸਿੰਘ ਉਮਰਾ ਨੰਗਲ ਕਰ ਰਹੇ ਸੀ। ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਉਨ੍ਹਾਂ ਨੂੰ ਪਟਿਆਲਾ ਜੇਲ੍ਹ ਦੇ ਵਿਚ ਜੁਡੀਸ਼ੀਅਲ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਸੀ ਅਤੇ ਇਸੇ ਦੌਰਾਨ ਉਨ੍ਹਾਂ ਦੇ ਵੱਲੋਂ ਫਰੀਦਕੋਟ ਦੀ ਸੈਸ਼ਨ ਕੋਰਟ ਦੇ ਵਿਚੋਂ ਆਪਣੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਸੀ, ਜਿਨ੍ਹਾਂ ਨੂੰ ਕਿ 7 ਮਾਰਚ ਨੂੰ ਅਦਾਲਤ ਦੇ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਉਮਰਾ ਨੰਗਲ ਦੇ ਵੱਲੋਂ ਹਾਈ ਕੋਰਟ ਦੇ ਵਿਚ ਆਪਣੀ ਜ਼ਮਾਨਤ ਅਰਜ਼ੀ ਦਾਇਰ ਕੀਤੀ ਗਈ ਸੀ, ਜਿੱਥੇ ਉਨ੍ਹਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ। ਦੂਜੇ ਪਾਸੇ ਅੱਜ ਇਸ ਮਾਮਲੇ ਦੇ ਵਿਚ IG ਪਰਮਰਾਜ ਸਿੰਘ ਉਮਰਾ ਨੰਗਲ ਦੀ ਫਰੀਦਕੋਟ ਦੀ ਅਦਾਲਤ ਦੇ ਵਿਚ ਪੇਸ਼ੀ ਸੀ, ਜਿੱਥੇ ਕਿ ਉਹ ਅੱਜ ਅਦਾਲਤ ਦੇ ਵਿਚ ਪੇਸ਼ ਹੋਏ ਅਤੇ ਅਦਾਲਤ ਦੇ ਵੱਲੋਂ ਉਨ੍ਹਾਂ ਨੂੰ 10 ਜੂਨ ਨੂੰ ਦੁਬਾਰਾ ਪੇਸ਼ ਹੋਣ ਦੇ ਲਈ ਤਰੀਕ ਦਿੱਤੀ ਗਈ ਹੈ। ਬਸ ਅੱਜ ਤਾਂ ਕੋਈ ਕੱਚੀ ਪੇਸ਼ੀ ਹੈ ਜੀ, ਇਹਨੂੰ ਕਹਿੰਦੇ ਆ ਪ੍ਰੈਜੈਂਸ ਲੱਗਣੀ ਹੁੰਦੀ ਹੈ, ਹੋਰ ਕੋਈ ਕਾਰਵਾਈ ਨਹੀਂ ਹੋਣੀ। ਜਿੰਨਾ ਚਿਰ ਚਲਾਨ ਨਹੀਂ ਪੇਸ਼ ਹੁੰਦਾ ਉਨ੍ਹਾਂ ਚਿਰ ਇਹਨੂੰ ਮਤਲਬ ਪ੍ਰੈਜੈਂਸ ਹੈ, ਮਹੀਨੇ 2 ਮਹੀਨੇ ਦੀ ਡੇਟ ਪੈ ਜਾਂਦੀ ਹੈ ਅਤੇ ਕੋਈ ਕਾਰਵਾਈ ਨਹੀਂ ਹੋਣੀ ਜੀ, ਕੋਈ ਕਾਰਵਾਈ ਨਹੀਂ। ਕਦੀ ਤਰੀਕ ਨੂੰ ਕਿਹੜੀ? 10-6 ਨੂੰ ਕਰੋ, ਸਿਰਫ ਪ੍ਰੈਜੈਂਸ ਵਾਸਤੇ ਹੈ, ਹੋਰ ਕੋਈ ਕਾਰਵਾਈ ਨਹੀਂ ਹੋਣੀ, ਕੋਈ ਐਵੀਡੈਂਸ ਨਹੀਂ, ਕੋਈ ਹੋਰ ਕਾਰਵਾਈ ਨਹੀਂ ਕਿਸੇ ਤਰ੍ਹਾਂ ਦੀ, ਸਿਰਫ ਹਾਜ਼ਰੀ ਵਾਸਤੇ। ਜਿਵੇਂ ਸਿਰਫ ਵੇਟਿੰਗ ਦਾ ਚਲਾਨ ਹੁੰਦਾ ਇਹਦੇ ਪੇਸ਼ੀ ਦੇ। ਫਰੀਦਕੋਟ ਤੋਂ ਗੁਰਜੀਤ ਰੁਮਾਣਾ ਦੀ ਰਿਪੋਰਟ।